ਉਹ ਜੇ ਸਾਨੂੰ ਜਾਣਕਾਰੀ ਦਿੰਦਾ ਹੈ ਕੋਈ ਕਿ ਉੱਥੇ ਬੋਰਵੈਲ ਅਜੇ ਵੀ ਹੈ ਤਾਂ ਅਸੀਂ ਉਹਨੂੰ ਉਹਦਾ 5,000 ਰੁਪਈਆ ਇਨਾਮ ਦੇਵਾਂਗੇ ਜਾਣਕਾਰੀ ਦੇਣ ਦਾ। ਜਿਹਦਾ ਬੋਰਵੈਲ ਫਿਰ ਖੜ੍ਹਾ ਹੋਏਗਾ ਉਹਦੇ ਖਿਲਾਫ ਐਕਸ਼ਨ ਵੀ ਲਵਾਂਗੇ। ਸੰਗਰੂਰ ਵਿੱਚ 2 ਵਰਸ਼ੀਆ ਫਤਿਹਵੀਰ ਦੀ ਡੈਥ ਤੋਂ ਬਾਅਦ ਪੰਜਾਬ ਗੌਰਮੈਂਟ ਦੇ ਤੰਦਰੁਸਤ ਮਿਸ਼ਨ ਦੇ ਡਾਇਰੈਕਟਰ ਕਾਨ ਸਿੰਘ ਪੰਨੂ ਜੀ ਨੇ ਇੱਕ ਨਵਾਂ ਆਦੇਸ਼ ਜਾਰੀ ਕੀਤਾ ਉਸ ਇੰਸੀਡੈਂਟ ਨੂੰ ਜਾਂ ਉਸ ਤਰ੍ਹਾਂ ਦੇ ਇੰਸੀਡੈਂਟਾਂ ਨੂੰ ਰੋਕਣ ਲਈ। ਸਾਡੇ ਨਾਲ ਕਾਨ ਸਿੰਘ ਪੰਨੂ ਜੀ ਆ, ਉਹਨਾਂ ਤੋਂ ਜਾਣਦੇ ਹਾਂ ਵੀ ਕੀ ਆਰਡਰ 'ਚ ਕੀ ਹੈ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਬੋਰਵੈਲ ਸੀਗੇ ਨੇ ਉਹਨਾਂ ਦੇ 2 ਨੁਕਸਾਨ ਨੇ। ਇੱਕ ਤਾਂ ਕੁਝ ਲੋਕ ਉਹਨਾਂ ਦੇ ਵਿੱਚ ਗੰਦਾ ਪਾਣੀ ਸਿੱਧਾ ਜਾਂ ਬਰਸਾਤ ਦਾ ਪਾਣੀ ਸਿੱਧਾ ਉਹਨਾਂ ਦੇ ਵਿੱਚ ਪਾ ਦਿੰਦੇ ਨੇ ਅਤੇ ਧਰਤੀ ਹੇਠਲੀ ਜਿਹੜੀ ਤਹਿ 130 ਫੁੱਟ 'ਤੇ 150 ਫੁੱਟ 'ਤੇ 200 ਫੁੱਟ 'ਤੇ ਤੱਕ ਵੀ ਡੂੰਘਾ ਬੋਰ ਹੈ ਉੱਥੇ ਉਹ ਪਾਣੀ ਜਾ ਕੇ ਕੰਮ ਖਰਾਬ ਕਰਦਾ ਹੈ। ਦੂਜਾ ਹੈ ਕਿ ਬੱਚਿਆਂ ਦੇ ਜਾਂ ਆਮ ਲੋਕਾਂ ਦੇ ਉਹਦੇ 'ਚ ਗਿਰਨ ਦਾ ਖਤਰਾ ਬਣਿਆ ਰਹਿੰਦਾ ਹੈ। ਸੋ ਇਹ ਕਾਫੀ ਦੇਰ ਤੋਂ ਇਸ ਗੱਲ ਬਾਰੇ ਵਿਚਾਰ ਵਟਾਂਦਰਾ ਹੋ ਰਿਹਾ ਸੀ। ਹਾਂ, ਫਤਿਹਵੀਰ ਸਿੰਘ ਉਹਨਾਂ ਦੀ ਜਿਹੜੀ ਉਸ ਬੱਚੇ ਦੀ ਅਨਫੋਰਚੁਨੇਟ ਡੈਥ ਹੋਈ ਹੈ, ਬਹੁਤ ਹੀ ਜ਼ਿਆਦਾ ਅਫਸੋਸਨਾਕ ਗੱਲ ਹੈ ਕਿ ਅਸੀਂ ਸਮਾਜ ਵੱਲੋਂ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਤਾ ਜਿਹਦੇ 'ਚੋਂ ਬੱਚਾ ਵਿਚਾਰਾ ਛੋਟਾ ਜਿਹਨੇ ਵੱਡਾ ਹੋ ਕੇ ਕਿਤੇ ਦੇ ਕਿਤੇ ਪਹੁੰਚਣਾ ਸੀ ਉਹਦੀ ਮੌਤ ਹੋ ਗਈ ਹੈ। ਬਹੁਤ ਮਾੜੀ ਗੱਲ ਹੈ। ਉਸ ਬੱਚੇ ਦੇ ਪਰਿਵਾਰ ਨਾਲ ਹੋਰ ਸਾਰਿਆਂ ਨਾਲ ਸਾਡੀ ਸਹਾਨੁਭੂਤੀ ਹੈ ਇਸ ਗੱਲ ਦੀ। ਬਟ ਇਹ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਉਹਦੇ ਵਾਸਤੇ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ 1 ਮਹੀਨਾ ਲਗਾਤਾਰ ਕੰਪੇਨ ਚਲਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਆਪਣੇ ਆਪਣੇ ਇਸ ਤਰ੍ਹਾਂ ਦੇ ਬੋਰਵੈਲ ਨੇ ਜਿਹੜੇ ਬੰਦ ਕਰ ਦਿਓ। ਅਸੀਂ ਆਪਣੇ ਐਗਰੀਕਲਚਰ ਡਿਪਾਰਟਮੈਂਟ, ਹਾਰਟੀਕਲਚਰ ਡਿਪਾਰਟਮੈਂਟ, ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ, ਜਿਹੜਾ ਸਾਡਾ ਵਾਟਰ ਰਿਸੋਰਸਿਸ ਡਿਪਾਰਟਮੈਂਟ ਹੈ, ਜਾਂ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦੀਆਂ ਸਕੀਮਸ ਨੇ ਜਾਂ ਟਿਊਬਵੈਲ ਕਾਰਪੋਰੇਸ਼ਨ ਨੇ, ਉਹਨਾਂ ਸਾਰਿਆਂ ਨੂੰ ਕਿਹਾ ਹੈਗਾ ਕਿ ਜਿੱਥੇ ਵੀ ਕਿਤੇ ਹੈ ਇਹਨਾਂ ਨੂੰ ਬੰਦ ਕਰਾਓ। ਅਸੀਂ SDMs ਨੂੰ ਅਤੇ DC ਆਪਣਾ DSP ਸਾਹਿਬਾਨ ਨੂੰ ਕਿਹਾ ਕਿ ਉਹ ਟੂਰ ਕਰਨ ਜੁਆਇੰਟ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਣ, ਅਨਾਊਂਸਮੈਂਟਸ ਕਰਾਉਣ ਪਿੰਡ ਦੇ ਵਿੱਚ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ। ਅਤੇ ਉਸ ਤੋਂ ਬਾਅਦ ਅਸੀਂ ਇਹ ਵੀ ਫੈਸਲਾ ਕੀਤਾ ਕਿ 1 ਮਹੀਨਾ ਇਹ ਕੰਪੇਨ ਚਲਾਉਣ ਤੋਂ ਬਾਅਦ ਫਿਰ ਅਸੀਂ ਲੋਕਾਂ ਨੂੰ ਕਹਾਂਗੇ ਕਿ ਜਿਹੜਾ ਕੋਈ ਬੰਦਾ ਜਿੱਥੇ ਕਿਤੇ ਹੈਗਾ ਉਹ ਜੇ ਸਾਨੂੰ ਜਾਣਕਾਰੀ ਦਿੰਦਾ ਹੈ ਕੋਈ ਕਿ ਉੱਥੇ ਬੋਰਵੈਲ ਅਜੇ ਵੀ ਹੈ ਤਾਂ ਅਸੀਂ ਉਹਨੂੰ ਉਹਦਾ 5,000 ਰੁਪਈਆ ਇਨਾਮ ਦੇਵਾਂਗੇ ਜਾਣਕਾਰੀ ਦੇਣ ਦਾ। ਅਤੇ ਜਿਹਦਾ ਬੋਰਵੈਲ ਫਿਰ ਖੜ੍ਹਾ ਹੋਏਗਾ ਉਹਦੇ ਖਿਲਾਫ ਐਕਸ਼ਨ ਵੀ ਲਵਾਂਗੇ। ਉਹਦੇ ਖਿਲਾਫ ਕ੍ਰਿਮੀਨਲ ਐਕਸ਼ਨ ਵੀ ਹੋ ਸਕਦਾ, ਉਹਦੇ ਖਿਲਾਫ ਸਿਵਲ ਐਕਸ਼ਨ ਵੀ ਹੋ ਸਕਦਾ। ਅਤੇ ਉਹ ਸਾਰੇ ਐਕਸ਼ਨ ਲੈ ਕੇ ਮਕਸਦ ਅਲਟੀਮੇਟਲੀ ਸਾਡਾ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖੁੱਲ੍ਹੇ ਪਏ ਬੋਰਵੈਲ ਨੇ ਜਿਹੜੇ ਉਹਨਾਂ ਸਾਰਿਆਂ ਦੇ ਸਾਰਿਆਂ ਬੋਰਵੈਲ ਨੂੰ ਬੰਦ ਕਰਾਇਆ ਜਾਵੇ। ਇਸ ਦੇ ਲਈ ਕੋਈ ਟਾਈਮ ਫਰੇਮ ਵੀ ਕੀਤਾ? ਮੈਂ ਜਿੱਦਾਂ 1 ਮਹੀਨੇ ਦਾ ਤਾਂ ਤੁਸੀਂ ਉਹਨਾਂ ਨੂੰ ਆਪਣੇ ਆਪ ਕਰਨ ਲਈ ਕਿਹਾ, ਉਸ ਤੋਂ ਬਾਅਦ ਵੀ ਕੋਈ ਟਾਈਮ ਫਰੇਮ ਹੈਗਾ ਵੀ ਹਾਂ ਇਸ ਦੌਰਾਨ ਤੱਕ ਜਾਂ ਤੁਹਾਨੂੰ ਲੱਗਦਾ ਵੀ ਇਸ ਦੌਰਾਨ ਤੱਕ ਸਾਰੇ ਬੰਦ ਹੋ ਜਾਣਗੇ? ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਵਾਵਸਥਾ ਨੇ, ਇਸ ਗੱਲ ਤੋਂ ਸੈਂਸਿਟਿਵ ਨੇ ਕਿ ਵੀ ਇਹ ਨੁਕਸਾਨ ਕਰ ਸਕਦੇ ਨੇ, ਆਪਣੇ ਘਰ ਦੇ ਵਿੱਚ ਬੱਚਿਆਂ ਦੇ ਨੁਕਸਾਨ ਕਰ ਸਕਦੇ ਨੇ। ਤਾਂ ਮੈਨੂੰ ਆਸ ਹੈ ਕਿ ਲੋਕ ਖੁਦ ਬੰਦ ਕਰ ਦੇਣਗੇ, ਪਰ ਜਿਹੜੇ ਬੰਦ ਨਹੀਂ ਕਰਨਗੇ ਉਹਨਾਂ ਦਾ ਫਿਰ 1 ਮਹੀਨੇ ਤੋਂ ਬਾਅਦ ਜਿਉਂ ਜਿਉਂ ਸਾਨੂੰ ਪਤਾ ਲੱਗਦਾ ਜਾਏਗਾ ਤਿਉਂ ਤਿਉਂ ਉਹਨਾਂ ਦੇ ਖਿਲਾਫ਼ ਫਿਰ ਐਕਸ਼ਨ ਵੀ ਹੋਏਗਾ ਅਤੇ ਉਹਨਾਂ ਬੋਰ ਬੰਦ ਵੀ ਕਰਾਏ ਜਾਣਗੇ। ਉਹ ਤੁਹਾਡੇ ਡਿਪਾਰਟਮੈਂਟ ਵੱਲੋਂ ਐਕਸ਼ਨ ਹੋਏਗਾ ਜਾਂ ਉਸਦੇ ਲਈ ਵੀ ਸੰਬੰਧਿਤ DC ਜਾਂ SSP ਨੂੰ ਹੈ ਕਿ ਸਾਡਾ ਡਿਪਾਰਟਮੈਂਟ ਤਾਂ ਜਿਹੜਾ ਹੈਗਾ ਕੋਆਰਡੀਨੇਟਿੰਗ ਡਿਪਾਰਟਮੈਂਟ ਹੈ। ਐਕਸ਼ਨ ਜਿੱਥੇ ਕਿਤੇ ਪੁਲਿਸ ਐਕਸ਼ਨ ਦੀ ਲੋੜ ਹੈ ਤਾਂ ਪੁਲਿਸ ਕਰਦੀ ਹੈ, ਜਿੱਥੇ ਕਿਤੇ ਸਿਵਲ ਐਕਸ਼ਨ ਦੀ ਲੋੜ ਹੈ ਉੱਥੇ ਕੰਸਰਨ ਡਿਪਾਰਟਮੈਂਟ ਉੱਥੇ ਐਕਸ਼ਨ ਕਰਦਾ ਹੈ, ਜਿੱਥੇ ਕੋਈ ਰੈਵਨਿਊ ਡਿਪਾਰਟਮੈਂਟ ਨੇ ਕੰਮ ਕਰਨਾ ਉਹ ਕਰਦਾ ਹੈ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜੀ ਵੱਲੋਂ ਸਾਨੂੰ ਬਿਲਕੁਲ ਕਲੀਅਰ ਹਦਾਇਤਾਂ ਦੇ ਦਿੱਤੀਆਂ ਗਈਆਂ ਕਿ ਇਹ ਤੁਸੀਂ ਇਨਸ਼ੋਰ ਕਰਨਾ ਹੈ ਕਿ ਕਿਤੇ ਵੀ ਇਸ ਤਰ੍ਹਾਂ ਦਾ ਖੁੱਲ੍ਹਾ ਬੋਰ ਨਾ ਹੋਵੇ। ਉਹਦੇ ਵਿੱਚ ਜਿਹੜੇ ਵੀ ਮਹਿਕਮੇ ਨੇ ਕੰਮ ਕਰਨਾ ਹੋਇਆ ਉਹ ਸਾਰੇ ਮਹਿਕਮੇ ਕੰਮ ਕਰਨਗੇ। ਥੈਂਕ ਯੂ। ਇਹ ਸੀਗੇ ਕਾਨ ਸਿੰਘ ਪੰਨੂ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਬੋਰਵੈਲ ਜਿਹੜੀ ਫਤਿਹਵੀਰ ਦੀ ਜਿਹੜੀ ਡੈਥ ਹੋਈ ਆ ਉਸ ਤੋਂ ਬਾਅਦ ਸਰਕਾਰ ਜਾਗ ਗਈ ਆ ਅਤੇ ਹੁਣ ਫੈਸਲਾ ਕੀਤਾ ਗਿਆ ਵੀ ਪੰਜਾਬ 'ਚ ਜਿੰਨੇ ਵੀ ਖੁੱਲ੍ਹੇ ਬੋਰਵੈਲ ਆ ਉਹਨਾਂ ਨੂੰ ਬੰਦ ਕੀਤਾ ਜਾਵੇ, ਜਿਸ ਦੇ ਲਈ 1 ਮਹੀਨੇ ਦਾ ਟਾਈਮ ਤਾਂ ਦਿੱਤਾ ਗਿਆ ਉਹਨਾਂ ਨੂੰ ਆਪਣੇ ਆਪ ਬੰਦ ਕਰਨ ਲਈ। ਜਦੀ ਉਹ ਆਪਣੇ ਆਪ ਬੰਦ ਨਹੀਂ ਕਰਦੇ 1 ਮਹੀਨੇ ਬਾਅਦ ਉਹਨਾਂ ਦੇ ਖਿਲਾਫ਼ ਐਕਸ਼ਨ ਲਿੱਤਾ ਜਾਏਗਾ। ਉਹ ਕ੍ਰਿਮੀਨਲ ਵੀ ਹੋਇਆ ਅਤੇ ਸਿਵਲ ਵੀ, ਦੋਨੋਂ ਤਰ੍ਹਾਂ ਦਾ ਐਕਸ਼ਨ ਉਹਨਾਂ ਨੇ ਕਿਹਾ ਵੀ ਲਿੱਤਾ ਜਾ ਸਕਦਾ। ਇੰਨਾ ਹੀ ਨਹੀਂ, ਉਹਨਾਂ ਨੇ ਇਹ ਵੀ ਦੱਸਿਆ ਕਿ 1 ਮਹੀਨੇ ਬਾਅਦ ਜੋ ਕਿ ਕੋਈ ਵੀ ਆਮ ਆਦਮੀ ਜਦੀ ਕਿਸੇ ਖੁੱਲ੍ਹੇ ਪਏ ਬੋਰਵੈਲ ਦੀ ਜਾਣਕਾਰੀ ਦੇਗਾ ਤਾਂ ਸਰਕਾਰ ਉਹਨੂੰ 5,000 ਰੁਪਈਆ ਇਨਾਮ ਦੇ ਤੌਰ 'ਤੇ ਵੀ ਦੇਗੀ। ਹੁਣ ਦੇਖਣਾ ਇਹ ਹੈ ਵੀ ਜਿੰਨੇ ਖੁੱਲ੍ਹੇ ਪਏ ਬੋਰਵੈਲ ਹੈ ਇਹ ਕਦੋਂ ਤੱਕ ਬੰਦ ਹੁੰਦੇ ਨੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਜਾਦਵ ਦੇ ਨਾਲ, ਦੈਨਿਕ ਸਵੇਰਾ TV ਲਈ, ਚੰਡੀਗੜ੍ਹ ਤੋਂ।